ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ, ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖ ਕੇ ਸੁਣ ਰਹੇ ਨੇ। ਪ੍ਰੋਗਰਾਮ ਸੱਚੋ ਸੱਚ ਦੇ ਰੂਹੇਰਵਾਨ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 14 ਜੂਨ 2017 31 ਜੇਠਾ ਨੂੰ ਸ਼ਾਇਦ ਸਮਤ 500 ਅਨਾ ਜ਼ਿਆਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ, ਆਰਸ਼ੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਜਾਣਨਾ ਚਾਹਾਂਗੇ, ਤੁਹਾਡੇ ਵਿਚਾਰ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਬਹੁਤ ਵਾਰ ਅਸੀਂ ਜਦੋਂ ਰੋਜ਼ਾਨਾ ਡੇ ਟੂ ਡੇ ਲਾਈਫ ਜਿਉਂਦੇ ਹਾਂ ਜੀ, ਅਸੀਂ ਇਸ ਨੂੰ ਆਪਣੇ ਤਰੀਕੇ ਨਾਲ ਪਲਾਨ ਕੀਤਾ ਹੁੰਦਾ ਹੈ, ਅਸੀਂ ਆਉਣ ਵਾਲੇ ਭਵਿੱਖ ਨੂੰ ਵੀ ਪਲਾਨ ਕਰਦੇ ਹਾਂ। ਕਈ ਵਾਰ ਜਿਹੜੇ ਅਜੇ ਨੌਕਰੀ ਜੁਆਇਨ ਕਰਦੇ ਨੇ ਉਹ ਇਸ ਬਾਰੇ ਫਿਕਰਮੰਦ ਹੁੰਦੇ ਨੇ ਕਿ ਵੀ ਅਸੀਂ 20 ਸਾਲ 25 ਸਾਲ ਨੌਕਰੀ ਕਰਨ ਤੋਂ ਬਾਅਦ ਫਿਰ ਰਿਟਾਇਰਮੈਂਟ ਹੋਏਗੀ, ਸਾਡੀ ਓਲਡ ਏਜ ਉਹਦਾ ਪ੍ਰਬੰਧ ਕਰੀਏ, ਉਹ ਫੰਡਸ ਕਟਵਾਉਂਦੇ ਨੇ, ਜਾਂ ਅਸੀਂ ਫਿਕਰਮੰਦ ਹੁੰਦੇ ਹਾਂ ਕਿਉਂਕਿ ਅਸੀਂ ਇਹ ਮੰਨ ਲੈਂਦੇ ਹਾਂ ਕਿ ਵੀ ਇਹ ਜੀਵਨ ਦਾ ਜਿਹੜਾ ਬਚਪਨ ਜਵਾਨੀ ਬੁਢਾਪੇ ਦਾ ਸਫ਼ਰ ਹੈ ਇਵੇਂ ਹੀ ਹੋਏਗਾ। ਬਹੁਤ ਵਾਰ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਦੂਸਰੇ ਸਲਾਹ ਦਿੰਦੇ ਨੇ ਕਿ ਆਪਣਾ ਤੁਸੀਂ ਪ੍ਰਬੰਧ ਕਰੋ, ਪਰ ਕਈ ਵਾਰ ਕੁਦਰਤ ਦਾ ਕਹਿਰ ਜਾਂ ਕੁਦਰਤ ਦੀ ਮਰਜ਼ੀ ਜਾਂ ਕੁਦਰਤ ਦਾ ਵਰਤਾਰਾ ਕੁਛ ਇਸ ਕਿਸਮ ਦਾ ਹੁੰਦਾ ਜਿਹੜਾ ਸਡਨਲੀ ਜ਼ਿੰਦਗੀ ਦੇ ਵਿੱਚ ਇੱਕ ਖਲਾਅ ਲੈ ਆਉਂਦਾ ਔਰ ਕੁਛ ਐਸਾ ਵਾਪਰ ਜਾਂਦਾ ਤੁਹਾਡੇ ਨਾਲ, ਤੁਹਾਡੇ ਪਿਆਰਿਆਂ ਨਾਲ, ਤੁਹਾਡੇ ਆਲੇ ਦੁਆਲੇ ਨਾਲ ਕਿ ਤੁਸੀਂ ਉਸ ਸਾਰੇ ਨੂੰ ਕਦੇ ਕਲਪਿਆ ਵੀ ਨਹੀਂ ਹੁੰਦਾ। ਬਿਲਕੁਲ। ਔਰ ਜਦੋਂ ਮੈਂ ਬਹੁਤ ਵਾਰ ਅੱਜ ਜਦੋਂ ਸਵੇਰੇ ਘਟਨਾ ਲੰਡਨ ਦੇ ਵਿੱਚ, ਸੈਂਟਰਲ ਲੰਡਨ ਦੇ ਵਿੱਚ ਜਿਹੜੀ ਕਿ 24 ਮੰਜ਼ਿਲਾ ਇਮਾਰਤ ਦੇ ਵਿੱਚ ਲੱਗੀ ਅੱਗ ਜੀ, ਔਰ ਉਸ ਅੱਗ ਨੇ ਕਿਵੇਂ, ਹਾਲਾਂਕਿ ਜਿਵੇਂ ਆਇਆ ਕਿ ਕੋਈ ਫਾਲਟੀ ਰੈਫਰੀਜਰੇਟਰ ਸੀ 3rd ਜਾਂ 4th ਫਲੋਰ ਤੇ, ਉਸ ਤੋਂ ਅੱਗ ਲੱਗੀ, ਦੇਖਦੇ ਦੇਖਦੇ ਸਾਰੀ ਬਿਲਡਿੰਗ, ਔਰ ਰਾਤ ਸਵੇਰ ਦਾ ਪਾਸਟ ਮਿਡ ਨਾਈਟ ਟਾਈਮ ਲੋਕ ਜਿਹੜੇ ਨੇ ਸੌ ਰਹੇ ਸੀ ਜੀ, ਔਰ ਕਿਸ ਕਿਸਮ ਦਾ ਕੁਰਹਾਮ ਮਚਿਆ ਜਿਸ ਚ ਜਿਹੜੀ ਹੁਣ ਤੱਕ ਦੀ ਰਿਪੋਰਟਿੰਗ ਹੈ 12 ਤੋਂ ਜ਼ਿਆਦਾ ਮੌਤਾਂ ਨੇ, 100 ਦੇ ਕਰੀਬ ਜ਼ਖਮੀ ਨੇ ਜੀ, ਔਰ ਉਸ ਸਾਰੇ ਕਹਿਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਲੰਡਨ ਵਰਗਾ ਸ਼ਹਿਰ, ਸੈਂਟਰ ਲੰਡਨ ਔਰ ਮੋਸਟ ਐਫੀਸ਼ੀਐਂਟ ਉਹਨਾਂ ਦਾ ਸਿਸਟਮ ਜੀ, ਬੇਸ਼ੱਕ ਉਹਨਾਂ ਦੇ 200 ਫਾਇਰ ਫਾਈਟਰ ਜਿਹੜੇ ਨੇ ਲਗਾਤਾਰਤਾ ਨਾਲ ਅਗਲੀ ਦੁਪਹਿਰ ਤੱਕ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ, 40 ਫਾਇਰ ਇੰਜਨ ਇਸ ਦੇ ਵਿੱਚ ਲੱਗੇ, ਲੇਕਿਨ ਬਿਲਡਿੰਗ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਸਮੋਲਡਰਿੰਗ ਸ਼ਬਦ ਜਿਵੇਂ ਅਜੇ ਵੀ ਉਹ ਧੁੱਖ ਰਹੀ ਸੀ। ਔਰ ਜਿਹੜੇ ਇਸ ਦੇ ਵਿੱਚ ਮਾਰੇ ਗਏ ਉਹ ਤਾਂ ਹੈ ਹੀ ਨੇ, ਔਰ ਜਿਹੜੇ ਈਵਨ ਸਰਵਾਈਵਰ ਵੀ ਹੋਣਗੇ, ਕਿਉਂਕਿ ਜਦੋਂ ਅਸੀਂ 28 ਮੰਜ਼ਿਲਾ ਇਮਾਰਤ ਦੀ ਗੱਲ ਕਰਦੇ ਹਾਂ, 24 ਮੰਜ਼ਿਲਾ, ਸੋ ਜ਼ਾਹਰ ਹੈ ਕਿ ਵੀ ਕਿੰਨੇ ਹਜ਼ਾਰਾਂ ਦੀ ਗਿਣਤੀ ਚ ਹੋਣਗੇ, ਉਹ ਕਿਸ ਸ਼ੌਕ ਚ ਗਏ ਹੋਣਗੇ। ਔਰ ਐਸਾ ਵੀ ਆਇਆ ਕਿ ਜਿਹੜੇ ਦੌੜੇ ਨੇ ਉਹਨਾਂ ਦੇ ਨਾਲ ਬੱਚੇ ਨੇ ਛੋਟੇ, ਔਰ ਉਹਨਾਂ ਚੋਂ ਕਈ ਜਿਹੜੇ ਹੁਣ ਉੱਪਰਲੇ ਫਲੋਰਸ ਤੇ ਨੇ, ਉਹਨਾਂ ਨੇ ਵਿੰਡੋਜ਼ ਚੋਂ ਬੱਚੇ ਜਿਹੜੇ ਨੇ ਵਗਾ ਕੇ ਥੱਲੇ ਮਾਰੇ, ਹਾਲਾਂ ਕੁਛ ਸਰਵਾਈਵ ਵੀ ਕੀਤੇ ਥੱਲੇ, ਫਾਇਰ ਫਾਈਟਰਸ ਨੇ ਕੋਈ ਬਣਾਈ ਹੋਏਗੀ ਰਿੰਗ ਜਿਹਦੇ ਚ ਉਹਨਾਂ ਨੂੰ ਕੈਚ ਕਰਦੇ ਰਹੇ, ਕੁਛ ਮਰ ਵੀ ਗਏ ਹੋਣਗੇ। ਔਰ ਐਸਾ ਵੀ ਆਇਆ ਕਿ ਇੱਕ ਬੀਬੀ ਜਿਹਨਾਂ ਦਾ ਜੁਆਇੰਟ ਪਰਿਵਾਰ 6 ਬੱਚੇ ਸੀ, ਉੱਤੋਂ ਜਦੋਂ ਤੱਕ ਉਹ ਉਤਰੀ
ਤੇ ਉਹ 6 ਦੇ 4 ਰਹਿ ਗਏ ਸੀ, ਦੋ ਬੱਚੇ ਜਿਹੜੇ ਨੇ ਰਾਹ ਦੇ ਵਿੱਚ ਕਿਤੇ ਅੱਗ ਦੀ ਭੇਟ ਚੜ ਗਏ ਜੀ। ਹੁਣ ਜਦੋਂ ਇਹ ਟ੍ਰੈਜਡੀ ਇਹਦੇ ਚ ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਂ ਰਾਖੇ ਕਵਨ, ਗੁਰਬਾਣੀ ਦਾ ਫਰਮਾਨ ਹੈ ਕਿ ਅੱਗ ਵੀ ਆਪ ਹੈ ਹਵਾ ਵੀ ਆਪ ਹੈ, ਔਰ ਜਦੋਂ ਰੱਬ ਸਾੜਨ ਤੇ ਆ ਜਾਏ ਤੇ ਫਿਰ ਕੌਣ ਬਚਾ ਸਕਦਾ। ਔਰ ਬਹੁਤ ਵਾਰ ਅਸੀਂ ਜਦੋਂ ਇਸ ਕਿਸਮ ਦੀ ਟ੍ਰੈਜਡੀ ਚੋਂ ਆਪਣੀ ਡੇ ਟੂ ਡੇ ਲਾਈਫ ਸਾਡੇ ਕੋਲ ਵਕਤ ਵੀ ਨਹੀਂ ਹੁੰਦਾ ਕਿ ਅਸੀਂ ਕਿਸੇ ਬਾਰੇ ਸੋਚੀਏ, ਕਿਸੇ ਦੇ ਦੁੱਖ ਨਾਲ ਕੋਈ ਆਪਣੀ ਅੰਦਰੂਨੀ ਸਾਂਝ ਪਾਈਏ, ਜਾਂ ਆਪਣੇ ਆਪ ਨੂੰ ਉਸ ਮਾਹੌਲ 'ਚ ਰੱਖ ਕੇ ਦੇਖੀਏ ਕਿ ਅਸੀਂ ਵੀ ਉਹ ਹੋ ਸਕਦੇ ਸੀ ਜੋ ਉਹ ਹੋਏ ਨੇ, ਜਿਨ੍ਹਾਂ ਦੇ ਬੱਚੇ ਮਾਰੇ ਗਏ, ਜਿਨ੍ਹਾਂ ਦਾ ਸਭ ਕੁਛ ਜਿਹੜਾ ਉਹ ਸਵਾਹ ਹੋਇਆ, ਜਿਹੜੇ ਸਰਵਾਈਵ ਵੀ ਨਹੀਂ ਕਰ ਸਕੇ, ਔਰ ਜਿਹੜੇ ਬੱਚੇ ਨੇ ਉਹ ਉਸ ਟਰੋਮੇ ਚੋਂ, ਜਿਹੜਾ ਇੱਕ ਧੱਕਾ ਜਿਵੇਂ ਤੁਸੀਂ ਮੌਤ ਨੂੰ ਇੰਨਾ ਕਰੀਬ ਦੇਖਿਆ ਹੁੰਦਾ, ਔਰ ਇਹ ਜਿਹੜੇ ਫਲੱਡਸ ਨੇ, ਪਾਣੀ ਹੈ ਔਰ ਅੱਗ ਹੈ, ਹਾਂ ਇਸ ਜ਼ੋਰ ਨਹੀਂ ਹੈ, ਔਰ ਇਸ ਦੇ ਸਾਹਮਣੇ ਇਸ ਕਦਰ ਖੌਫ ਜ਼ਿਆਦਾ ਹੁੰਦਾ। ਜਦੋਂ ਤੁਸੀਂ, ਮੈਂ ਸੁਨਾਮੀ ਜਾਂ ਕੈਟਰੀਨਾ ਦੇ ਪੀਰੀਅਡ ਦੇਖਦਾ ਸੀ, ਹੁਣ ਤੋਂ ਉੱਤੋਂ ਹੈਲੀਕਾਪਟਰ ਨਾਲ ਆਈ ਫੋਟੋਗ੍ਰਾਫੀ ਹੁੰਦੀ ਹੈ ਕਿ ਜਦੋਂ ਪਾਣੀ ਦਾ ਪੂਰਾ ਰੇਲੇ ਦਾ ਰੇਲਾ ਚੱਲ ਰਿਹਾ ਹੁੰਦਾ, ਪੂਰੀ ਉਸ ਦੀ ਵੇਵ ਆ ਰਹੀ ਹੁੰਦੀ ਹੈ ਤੇ ਸਭ ਕੁਛ ਉਡਾ ਕੇ ਲੈ ਜਾਂਦੀ। ਇਸੇ ਤਰ੍ਹਾਂ ਅੱਗ ਦੇ ਸਾਹਮਣੇ, ਅੱਗ ਤਾਂ ਤੁਸੀਂ ਕੁਕਿੰਗ ਕਰਦਿਆਂ ਜਾਂ ਦੂਸਰਾ ਮਾੜਾ ਜਿਹਾ ਕਿਸੇ ਨਾਲ ਲੱਗ ਜਾਏ ਤਾਂ ਤੁਸੀਂ ਕਿੰਨੀ ਉਸ ਦੀ ਸਾੜ ਮਹਿਸੂਸ ਕਰਦੇ ਹੋ, ਕੀ ਕੁਛ ਨਹੀਂ ਕਰਦੇ, ਤੇ ਜਦੋਂ ਤੁਸੀਂ ਸਾਹਮਣੇ ਦੇਖਿਆ ਕਿ ਵੀ ਤੁਸੀਂ ਜਾ ਰਹੇ ਹੋ, ਸਭ ਕੁਛ ਜਾ ਰਿਹਾ, ਸਭ ਕੁਛ ਸੜ ਰਿਹਾ। ਸੋ ਬਹੁਤ ਵਾਰ ਮੈਂ ਸਮਝਦਾ ਕਿ ਭਾਵੇਂ ਇਹ ਕਿਤੇ ਵਾਪਰਿਆ ਹੋਏ, ਸੈਂਟਰ ਲੰਡਨ ਦੇ ਵਿੱਚ ਵਾਪਰਿਆ, ਪਰ ਅਸੀਂ ਇਹ ਮਹਿਸੂਸ ਕਰੀਏ ਇਸ ਸਪੀਡ ਨੂੰ ਵੀ, ਇੱਕ ਤਾਂ ਜ਼ਿੰਦਗੀ ਦੀ ਗਿਫਟ ਨੂੰ ਕਿ ਜਦੋਂ ਅਸੀਂ ਅਰੋਗ ਹੁੰਦੇ ਹਾਂ, ਜਦੋਂ ਅਸੀਂ ਜਿਹੜਾ ਉਹ ਕਮਾਈ ਕਰ ਰਹੇ ਹੁੰਦੇ ਹਾਂ, ਜਦੋਂ ਰੱਬ ਨੇ ਸਾਨੂੰ ਤੰਦਰੁਸਤੀ, ਘਰ ਪਰਿਵਾਰ, ਬੱਚੇ ਬੱਚੀਆਂ ਦਿੱਤੇ ਹੁੰਦੇ ਨੇ, ਬਹੁਤ ਵਾਰ ਅਸੀਂ ਸ਼ਿਕਾਇਤ 'ਚ ਹੀ ਹੁੰਦੇ ਹਾਂ, ਔਰ ਉਹ ਸ਼ਿਕਾਇਤ ਸਾਨੂੰ ਹਰ ਇੱਕ ਤੋਂ ਹੁੰਦੀ, ਆਪਣੇ ਆਪ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਕਿ ਮੇਰੇ ਕੋਲ ਇਹ ਵੀ ਨਹੀਂ, ਮੇਰੇ ਕੋਲ ਉਹ ਵੀ ਨਹੀਂ, ਮੇਰਾ ਵਿਆਹ ਚੰਗੇ ਘਰ ਹੋ ਜਾਂਦਾ, ਮੇਰੀ ਨੌਕਰੀ ਮੇਰੇ ਬਰਾਬਰ ਦੇ ਜਿਹੜੇ ਨੇ ਉਹ ਕਲਰਕ ਜਿਹੜੇ ਨੇ ਉਹ ਇੰਨਾ ਕਮਾਉਂਦੇ ਨੇ, ਮੈਂ PhD ਕੀਤੀ ਹੈ, ਮੈਂ IT ਕੀਤਾ, ਅਸੀਂ ਹਰ ਚੀਜ਼ ਦੀ ਸ਼ਿਕਾਇਤ ਕਰਦੇ। ਫਿਰ ਅਸੀਂ ਜਦੋਂ ਕਿਸੇ ਵੀ ਚੀਜ਼ ਦੇ ਵਿੱਚ ਆ ਜਾਂਦੇ ਹਾਂ, ਫਿਰ ਅਸੀਂ ਹਰ ਚੀਜ਼ ਦੇ ਵਿੱਚ ਆਪਣਾ ਇੰਟਰਸਟ ਦੇਖਦੇ ਹਾਂ, ਸੈਲਫ ਸੈਂਟਰਡ ਸਾਡੀ ਜ਼ਿੰਦਗੀ ਹੁੰਦੀ ਹੈ, ਔਰ ਸਾਨੂੰ ਆਪਣੇ ਤੋਂ ਬਿਨਾਂ ਹੋਰ ਕੁਛ ਨਹੀਂ ਨਜ਼ਰ ਆਉਂਦਾ, ਔਰ ਸਾਨੂੰ ਇਹ ਲੱਗਦਾ ਜਿਵੇਂ ਈਵਨ ਭਾਵੇਂ ਇਹ ਮੌਤ ਦੇ ਕੰਟੈਕਸਟ 'ਚ ਗੁਰੂ ਸਾਹਿਬ ਨੇ ਫਰਮਾਇਆ, ਮੈਂ ਅਕਸਰ ਇਹ ਦੁਹਰਾਉਂਦਾ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ, ਕਿ ਇੱਕ ਮਰ ਰਿਹਾ, ਇੱਕ ਜਾ ਰਿਹਾ, ਦੂਸਰਾ ਕੋਲ ਖੜਾ ਸੋਚਦਾ ਵੀ ਮੇਰੇ ਨਾਲ ਨਹੀਂ ਵਾਪਰ। ਇਸੇ ਤਰ੍ਹਾਂ ਜਦੋਂ ਕੋਈ ਟ੍ਰੈਜਡੀ ਵਾਪਰਦੀ ਹੈ, ਤੁਸੀਂ ਆਲ ਆਫ ਏ ਸਡਨ ਸੁਣਦੇ ਹੋ ਕਿ ਫਲਾਂ ਜਿਹੜਾ ਉਹ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ, ਐਕਸੀਡੈਂਟ ਹੋ ਗਿਆ ਭਰਪੂਰ ਜਵਾਨੀ ਦੇ ਵਿੱਚ, ਜਾਂ ਪਿਛਲੇ ਦਿਨਾਂ ਦੀਆਂ ਕੁਛ ਉਹਨਾਂ ਜਿਹਨਾਂ ਨੂੰ ਤੁਸੀਂ ਜਾਣਦੇ ਹੁੰਦੇ ਹੋ, 51-49 ਸਾਲ ਦਾ ਬੰਦਾ, ਬੜਾ ਭਲਾ ਚੰਗਾ, ਕੀ ਹੈ ਜੀ, ਬ੍ਰੇਨ ਟਿਊਮਰ ਹੈ, ਜਾਂ ਤੁਸੀਂ ਜਿਹਨਾਂ ਦੇ ਘਰਾਂ 'ਚ ਜਿਹੜੇ ਜਿਹਨਾਂ ਦੀ ਮੇਜ਼ਬਾਨੀ ਮਾਣੀ ਹੋਈ ਹੈ, ਜਿਵੇਂ ਡੈਨਵਰ ਤੋਂ ਵੀਰ ਕੁਲਵੰਤ ਸਿੰਘ, ਉਹਨਾਂ ਦੀ ਸਿੰਘਣੀ ਕੁਛ ਅਰਸਾ ਪਹਿਲਾਂ ਬ੍ਰੇਨ ਟਿਊਮਰ ਨਾਲ ਚੜ੍ਹਾਈ ਕਰ, ਔਰ ਮੈਂ ਸੋਚ ਵੀ ਨਹੀਂ ਸਕਦਾ ਕਈ ਵਾਰ ਤੁਸੀਂ ਜਿਹਨਾਂ ਨੂੰ ਹੇਲ ਹਾਰਟੀ ਫੁੱਲ ਆਫ ਐਨਰਜੀ ਦੇਖਿਆ ਹੁੰਦਾ, ਆਲ ਆਫ ਏ ਸਡਨ ਬਿਮਾਰੀ, ਫਿਰ ਤੁਸੀਂ ਜਿੰਨਾ ਮਰਜ਼ੀ ਲੜਦੇ ਹੋ ਬਿਮਾਰੀ ਦੇ ਨਾਲ ਵੀ, ਜਿਹੜੀਆਂ ਇਸ ਕਿਸਮ ਦੀਆਂ ਚੰਗੀਆਂ ਰੂਹਾਂ ਨੇ, ਬਟ ਇਨ ਦਾ ਐਂਡ ਉਹ ਡਿਮਾਈਸ ਹੁੰਦਾ। ਸੋ ਮੈਂ ਇਸ ਅੱਗ ਦੀ ਖਬਰ ਨਹੀਂ, ਜਿਹੜਾ ਮੇਰੀ ਸਵੇਰ ਨੂੰ ਜਿਹੜਾ ਉਹ ਚਾਰ ਚਫੇਰਿਓ ਵਲਗਿਆ ਹੋਇਆ ਸੀ ਜਾਂ ਵਲਗਣ ਦੇ ਵਿੱਚ ਸੀ, ਪਰ ਮੈਂ ਸਮਝਦਾ ਵੀ ਜਦੋਂ ਕੌਮੀ ਪ੍ਰਾਈਡ ਦੀ ਗੱਲ ਕਰਦੇ ਹਾਂ, ਰੇ ਆਫ ਹੋਪ ਜਦੋਂ ਅਸੀਂ ਇਨਸਾਨੀਅਤ ਦੇ ਵਿੱਚ ਦੇਖਦੇ ਹਾਂ, ਔਰ ਮੈਂ ਹਮੇਸ਼ਾ ਸਮਝਦਾ
ਵੀ ਇਹ ਜਿਹੜੇ ਫਾਇਰ ਫਾਈਟਰ ਨੇ ਔਰ ਜਦੋਂ 9/11 ਦਾ ਜ਼ਿਕਰ ਵੀ ਹੁੰਦਾ ਤੇ ਉਹ 100 ਤੋਂ ਜ਼ਿਆਦਾ ਜਿਹੜੇ ਨਿਊਯਾਰਕ ਦੇ ਪੁਲਿਸ ਡਿਪਾਰਟਮੈਂਟ ਦੇ ਔਰ ਉਹ ਫਾਇਰ ਫਾਈਟਰ ਕਿ ਬਿਲਡਿੰਗਾਂ ਡਿੱਗ ਰਹੀਆਂ, ਲੋਕ ਬਾਹਰ ਨੂੰ ਦੌੜ ਰਹੇ ਨੇ, ਇਹ ਅੰਦਰ ਨੂੰ ਦੌੜ ਰਹੇ ਨੇ ਬਿਨਾਂ ਪਰਵਾਹ ਕੀਤੇ ਜਾਣ ਦੀ। ਸੋ ਇਹ ਜਿਹੜਾ ਪਾਰਟ ਹੈ ਇਹ ਬੈਸਟ ਆਫ ਦਾ ਹਿਊਮਨ ਲਾਈਫ ਹੈ ਕਿ ਜਦੋਂ ਤੁਹਾਨੂੰ ਲੱਗਦਾ ਔਰ ਕਈ ਵਾਰੀ ਕਈ ਹੁੰਦਾ ਕਿ ਜਿਹੜੇ ਫਾਇਰ ਫਾਈਟਰ ਜਾ ਕੇ ਜਦੋਂ ਤੱਕ ਸੇਫਟੀ ਵੱਲ ਲੈ ਆਉਂਦੇ ਨੇ ਉਹ ਸੇਫ ਹੋ ਜਾਂਦੇ ਨੇ, ਉਹਨਾਂ ਨੂੰ ਇਸ ਕਿਸਮ ਦੇ ਬਰਨ ਹੋ ਜਾਂਦੇ ਨੇ ਵੀ ਉਹ ਮਰ ਜਾਂਦੇ ਨੇ। ਸੋ ਇਹ ਵੀ ਇੱਕ ਪਾਸੇ ਜਿੱਥੇ ਮੈਂ ਗਰੀਡ ਜਾਂ ਸੈਲਫ ਸੈਂਟਰਡ ਲੋਕਾਂ ਦੀ ਗੱਲ ਕੀਤੀ ਹੈ ਉੱਥੇ ਇਹੋ ਜਿਹੇ ਬਹਾਦਰ ਲੋਕ ਵੀ ਨੇ ਜਿਹੜੇ ਕਿ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਔਰ ਅਮਰੀਕਾ 'ਚ ਬਹੁਤ ਸਾਰੇ ਜਿਹੜੇ ਫਾਇਰ ਫਾਈਟਰ ਉਹਨਾਂ ਦੀ ਨੌਕਰੀ ਨਹੀਂ ਹੈ, ਉਹਨਾਂ ਨੇ ਵਲੰਟੀਅਰ ਕੀਤਾ ਹੁੰਦਾ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਦੂਜਾ, ਉਹਨਾਂ ਨੇ ਆਪਣਾ ਦਿੱਤਾ ਹੁੰਦਾ ਵੀ ਜਦੋਂ ਲੋੜ ਹੋਏ ਕੁਛ ਪਰਸੈਂਟ ਇਹਨਾਂ ਦੀ ਜਿਹੜੀ ਹੈ ਉਹ ਪੇਡ ਹੁੰਦੀ ਹੈ। ਬਹੁਤ ਸਾਰੇ ਵਲੰਟੀਅਰ ਨੇ ਅਤੇ ਅਸੀਂ ਬਹੁਤ ਵਾਰ ਦਾਲ ਜਾਂ ਪ੍ਰਸ਼ਾਦੇ ਵਰਤਾ ਕੇ ਗੁਰਦੁਆਰੇ 'ਚ ਸਮਝਦੇ ਹਾਂ ਵੀ ਅਸੀਂ ਬਹੁਤ ਸੇਵਾ ਕਰ ਰਹੇ ਹਾਂ ਔਰ ਬੜਾ ਜਾਂ ਜੋੜੇ ਸਾਫ਼ ਕਰਕੇ। ਮੈਂ ਸਮਝਦਾ ਵੀ ਇਹ ਇੱਕ ਇਨਸਾਨੀਅਤ ਦਾ ਪਾਰਟ ਜਿਹੜਾ ਅਲਟੀਮੇਟਲੀ ਜੇ ਸਾਡੇ 'ਚੋਂ ਬਹੁਤ ਸਾਰੇ ਇਨਸਾਨੀ ਨਸਲ ਦੇ ਲੋਕ ਇਸ ਗੱਲ ਨੂੰ ਸਮਝਣ ਔਰ ਜਦੋਂ ਤੁਹਾਨੂੰ ਦੂਸਰੇ ਦੀ ਜ਼ਿੰਦਗੀ ਜਿਹੜੀ ਹੈ ਕਿਸੇ ਨੂੰ ਜ਼ਿੰਦਗੀ ਦੇਣਾ ਔਰ ਬਹੁਤ ਵਾਰ ਅਸੀਂ ਇਹਨਾਂ ਨੂੰ ਗੋਰਿਆਂ ਦੇ ਕਲਚਰ ਨੂੰ ਗਰੀਡੀ ਜਾਂ ਦੂਜਾ ਵਕਾਰਾਂ 'ਚ ਫਸੇ ਹੋਏ ਜਾਂ ਦੂਜਾ, ਮੈਂ ਸਮਝਦਾ ਵੀ ਜਿਸ ਰਿਸਕ ਦੇ ਨਾਲ ਇਹ ਲੋਕ ਕੋਈ ਡੁੱਬ ਰਿਹਾ ਸਭ ਤੋਂ ਪਹਿਲਾਂ ਸਣੇ ਕੱਪੜਿਆਂ ਛਾਲ ਮਾਰੀ ਹੋਏਗੀ, ਦੇ ਟੇਕ ਐਨੀ ਰਿਸਕ, ਕਿਤੇ ਅਰਥਕੁਏਕ ਆਇਆ, ਕਿਤੇ ਕੋਈ ਆਇਆ, ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਨੇ ਵਲੰਟੀਅਰ ਜਾ ਕੇ ਪਹੁੰਚੇ ਹੁੰਦੇ ਨੇ। ਔਰ ਡੋਨੇਸ਼ਨ ਦੇ ਮਾਮਲੇ 'ਚ ਵੀ ਬਹੁਤ ਵਾਰ ਜਦੋਂ ਟ੍ਰੈਜਡੀਜ਼ ਅਮਰੀਕਨ ਇਸ ਮਾਮਲੇ 'ਚ ਬੜੇ ਵੱਡੇ ਦਰਿਆ ਦਿਲ ਨੇ, ਰੇਡੀਓ ਦੇ ਉੱਤੇ ਹੀ ਜਿਹੜਾ ਉਹ ਜਦੋਂ ਫੰਡ ਕਲੈਕਸ਼ਨ ਹੁੰਦੀ ਹੈ ਉਹ ਵਿਦ ਅ ਬਿਗ ਅਮਾਊਂਟ ਉਹ ਰੇਡੀਓ ਟਾਕ ਸ਼ੋ ਐਂਡ ਹੁੰਦਾ। ਸੋ ਮੈਂ ਸਮਝਦਾ ਵੀ ਇਸ ਲੰਡਨ ਦੀ ਇਸ ਬੜੀ ਦੁੱਖਦਾਈ ਟ੍ਰੈਜਿਕ ਇਵੈਂਟ ਦੇ ਵਿੱਚ ਜਿਹੜੀ ਹੋਪ ਸੀ ਜਿੱਥੇ ਬਾਕੀ ਧਾਰਮਿਕ ਸਥਾਨਾਂ ਦਾ ਵੀ ਰੋਲ ਰਹੇ ਲੇਕਿਨ ਸਿੱਖ ਗੁਰਦੁਆਰਿਆਂ ਨੇ, ਔਰ ਮੈਂ ਸਮਝਦਾ ਵੀ PTI ਵਰਗੀ ਇੰਡੀਆ ਦੀ ਨਿਊਜ਼ ਏਜੰਸੀ ਜਿਹੜੀ ਹਮੇਸ਼ਾ ਸ਼ਰਾਰਤ ਲੱਭਦੀ ਹੁੰਦੀ ਹੈ ਬਾਹਰਲੇ ਸਿੱਖਾਂ ਬਾਰੇ, ਤਾਂ ਉਹਨਾਂ ਨੂੰ ਖਾਲਿਸਤਾਨੀ ਕਲੱਬ ਕਰਨਾ ਜਾਂ ਗੁਰਦੁਆਰਿਆਂ ਦੇ ਝਗੜੇ ਜਾਂ ਦੂਜੇ ਇਸ ਕਿਸਮ ਦੀਆਂ ਖ਼ਬਰਾਂ ਹੁੰਦੀਆਂ ਨੇ। ਪਰ ਜਿਹੜਾ PTI ਦਾ ਪਹਿਲਾ ਡਿਸਪੈਚ ਸੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਸ ਮੁਸੀਬਤ ਦੀ ਘੜੀ ਅੱਧੀ ਰਾਤ ਤੋਂ ਬਾਅਦ ਹੀ ਸਿੱਖਾਂ ਨੇ ਲੰਡਨ ਦੇ ਗੁਰਦੁਆਰੇ ਖੋਲ੍ਹ ਦਿੱਤੇ ਔਰ ਉਹਨਾਂ 'ਚ ਸੈਂਕੜਿਆਂ ਦੀ ਗਿਣਤੀ ਜਿਹੜੇ ਨੇ ਉਹਨਾਂ ਨੂੰ ਫੂਡ, ਕੱਪੜੇ ਔਰ ਹਰ ਕਿਸਮ ਦੀ ਮਦਦ, ਔਰ ਉਸ ਨੂੰ ਸਾਰਾ ਮੀਡੀਆ ਔਰ ਉਹ ਐਪਰੀਸ਼ੀਏਟ ਕਰ ਰਹੇ ਨੇ ਕਿ ਹਮੇਸ਼ਾ ਜਿਹੜੇ ਦੀ ਤਰ੍ਹਾਂ ਸਿੱਖ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਇਸ ਦੇ ਲਈ ਆਏ। ਔਰ ਮੈਨੂੰ ਬਤੌਰੇ ਸਿੱਖ ਫਖਰ ਮਹਿਸੂਸ ਹੋਇਆ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਵੀ ਰੱਖਦੇ ਪਰ ਇਹ ਸਾਡੇ ਲਈ ਇੱਕ ਜਿਹੜੀ ਹੈ ਮਾਣ ਵਾਲੀ ਗੱਲ ਹੈ ਕਿ ਵੀ ਅਸੀਂ ਇਸ ਪੱਖੋਂ ਘੱਟੋ ਘੱਟ ਗੁਰੂ ਨੇ ਇਹ ਰਹਿਮਤ ਕੀਤੀ ਹੋਈ ਹੈ ਕਿ ਵੀ ਅਸੀਂ ਜਿਹੜਾ ਲੰਗਰ ਦੀ ਸੇਵਾ ਔਰ ਇਸ ਪੱਖੋਂ ਜਿਹੜਾ ਫਿਰ ਖੁੱਲ੍ਹ ਕੇ ਸਿੱਖ ਜਿਹੜਾ ਉਹ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ। ਹੁਣ ਅਜੇ ਇਹ ਖਬਰ ਦੇ ਨਾਲ ਹੀ ਮੈਂ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ 2-4 ਹੋ ਰਿਹਾ ਸੀ ਅਤੇ ਸਾਡੇ ਪੁਰਾਣੇ ਸ਼ਹਿਰ ਅਲੈਗਜ਼ੈਂਡਰੀਆ ਵਰਜੀਨੀਆ ਜਿੱਥੇ ਮੈਂ ਲਗਭਗ 18 ਸਾਲ ਗੁਜ਼ਾਰੇ ਉਸ ਦੀ ਖਬਰ ਆ ਗਈ ਕਿ ਉੱਥੇ ਅਮਰੀਕਾ ਦੀ ਨੈਸ਼ਨਲ ਸਪੋਰਟਸ ਬੇਸਬਾਲ ਹੈ। ਔਰ ਜਦੋਂ ਅਸੀਂ ਅਮਰੀਕਨ ਪੋਲੀਟੀਸ਼ੀਅਨਸ ਦੀ ਗੱਲ ਕਰਦੇ ਹਾਂ ਸਾਡੇ ਤਾਂ ਤੁਸੀਂ ਦੇਖੋਗੇ ਭੱਦੇ ਕਿਸਮ ਦੇ, ਮੋਟੇ, ਕੋਈ ਉਹਨੂੰ ਚੁੱਕ ਕੇ ਉਠਾਇਆ ਹੁੰਦਾ ਔਰ ਗਰੀਡੀ ਜਿਹੇ ਕਿਸਮ ਦੇ, ਪਰ ਤੁਸੀਂ ਅਮੈਰੀਕਨ ਇਹਨਾਂ ਦੇ ਅਸੈਂਬਲੀਮੈਨ, ਕਾਂਗਰਸਮੈਨ, ਸੈਨੇਟਰ ਸਾਰੇ ਦੇਖੋਗੇ ਫਿਜ਼ੀਕਲੀ ਵੀ ਫਿੱਟ, ਵੈੱਲ ਡਰੈਸਡ, ਔਰ ਫਿਰ ਇਹ ਯਕੀਨੀ ਬਣਾਉਂਦੇ ਨੇ ਕਿ ਬਈ ਉਹਨਾਂ ਦੇ ਵਿੱਚ ਸੈਂਸ ਆਫ ਹਿਊਮਰ ਹੋਏ। ਬਹੁਤ ਵਾਰੀ ਇਹਨਾਂ ਦੇ ਜਿਹੜੇ ਈਵਨ ਪ੍ਰੈਜ਼ੀਡੈਂਟਸ ਵੀ ਬਣਦੇ ਨੇ ਉਹਨਾਂ ਨੂੰ ਇੱਕ ਉਹਨਾਂ ਦੀ ਇਵੈਂਟ ਹੁੰਦੀ ਹੈ ਟੂ ਟੋਸਟ
ਕਿ ਬਈ ਜਿਵੇਂ ਉਹਨੂੰ ਕਿਸੇ ਨੂੰ ਸੇਕ ਦੇਣਾ ਹੁੰਦਾ ਉਹਦੇ ਚ ਉਹਦੇ ਨਾਲ ਉਹ ਇਸ ਕਿਸਮ ਦਾ ਮਜ਼ਾਕ ਕਰਨਗੇ ਉਹ ਫਿਰ ਦੇਖਦੇ ਨੇ ਵੀ ਉਹਦੇ ਚ ਸਾਇੰਸ ਆਫ ਹਿਊਮਰ ਹੈ ਕਿ ਨਹੀਂ ਫਿਰ ਅਮਰੀਕਨ ਜਾਣਨਾ ਚਾਹੁੰਦੇ ਨੇ ਹਮੇਸ਼ਾ ਹੀ ਕਿ ਉਹਨਾਂ ਦੇ ਲਾਅ ਮੇਕਰਸ ਦੇ ਸ਼ੌਕ ਕੀ ਨੇ ਕਿਸ ਚੀਜ਼ ਚ ਉਹਨਾਂ ਦੀ ਦਿਲਚਸਪੀ ਔਰ ਸਪੋਰਟਸ ਦੇ ਮਾਮਲੇ ਚ ਔਰ ਕਿਉਂਕਿ ਅਮਰੀਕਨ ਆਪਣੀ ਨੈਸ਼ਨਲ ਡਰਿੰਕ ਹੋਏ ਕੌਫੀ ਆਪਣੀ ਸਪੋਰਟ ਹੋਏ ਆਪਣੇ ਉਹਨਾਂ ਦੇ ਸਪੋਰਟਸਮੈਨ ਹੋਣ ਓਲੰਪੀਅਨ ਹੋਣ ਦੂਜੇ ਹੋਣ ਅਮਰੀਕਨ ਗੋਰਿਆਂ ਚ ਅਦਰਵਾਈਜ਼ ਭਾਵੇਂ ਅਜੇ ਵੀ ਉਹ ਅੰਡਰ ਦਾ ਸਕਿਨ ਰੇਸਿਜ਼ਮ ਹੈ ਜੋ ਡੋਨਲਡ ਟਰੰਪ ਦੇ ਬਣਨ ਨਾਲ ਸਾਹਮਣੇ ਆਉਂਦਾ ਪਰ ਇੱਕ ਗੱਲ ਜ਼ਾਹਰ ਹੈ ਮਿਊਜ਼ਿਕ ਦਾ ਮਾਮਲਾ ਹੋਏਗਾ ਤੇ ਹਾਲਾਂਕਿ ਮਿਊਜ਼ਿਕ ਇੰਡਸਟਰੀ ਚ ਬਹੁਤੇ ਅਫਰੀਕਨ ਅਮੈਰੀਕਨ ਨੇ ਉਦੋਂ ਗੋਰੇ ਦਾ ਰੇਸਿਜ਼ਮ ਨਹੀਂ ਹੁੰਦਾ ਉਹਨਾਂ ਦੇ ਹੀਰੋ ਉਹੀ ਹੋਣਗੇ ਉਵੇਂ ਹੀ ਉਹ ਨੱਚ ਟੱਪ ਰਹੇ ਹੋਣਗੇ ਇਸੇ ਤਰ੍ਹਾਂ ਸਪੋਰਟਸ ਦੇ ਮਾਮਲੇ ਚ ਉਹ ਮਾਈਕਲ ਜਾਰਡਨ ਦੀ ਪਿਕਚਰ ਤੁਸੀਂ ਹਰ ਗੋਰੇ ਦੇ ਘਰ ਚ ਵੀ ਯੰਗ ਜਿਹੜਾ ਗਰੋਇੰਗ ਹੈ ਵੈਸੇ ਭਾਵੇਂ ਉਹ ਨਾ ਪਸੰਦ ਪਰ ਇਹ ਉਹਨਾਂ ਦੀ ਬਿਊਟੀ ਹੈ ਔਰ ਇਸੇ ਤਰ੍ਹਾਂ ਔਰ ਅਮਰੀਕਨ ਕਾਂਗਰਸ ਜਿਹੜੀ ਰਿਪ੍ਰੈਜੈਂਟ ਕਰਦੀ ਹੈ ਇਸ ਕਿਸਮ ਦੇ ਥੋਟ ਨੂੰ ਹੀ ਬੇਸਬਾਲ ਦਾ ਜਿਹੜਾ ਅਮਰੀਕਨ ਕਾਂਗਰਸ ਦੇ ਵਿੱਚ ਇਹ ਟਰੈਡੀਸ਼ਨ 100 ਸਾਲ ਤੋਂ ਵੀ ਜ਼ਿਆਦਾ ਦੀ ਹੈ ਕਿ ਡੈਮੋਕ੍ਰੈਟਿਕ ਔਰ ਰਿਪਬਲਿਕਨ ਜਿਹੜੇ ਨੇ ਪੂਰੀ ਪ੍ਰੈਕਟਿਸ ਕਰਕੇ ਅਤੇ ਮੈਚ ਖੇਡਦੇ ਨੇ ਔਰ ਇਹ ਲਾਈਕ ਆਨਰ ਹੁੰਦਾ ਕਿ ਵੀ ਅਸੀਂ ਜਦੋਂ ਲਾਅ ਮੇਕਰ ਬੇਸਬਾਲ ਕਰਦੇ ਨੇ ਤਾਂ ਬੇਸਬਾਲ ਜਿਹੜੀ ਹੈ ਉਹਦੀ ਰੈਕਗਨੀਸ਼ਨ ਵੈਸੇ ਹੀ ਹੈ ਐਜ਼ ਏ ਨੈਸ਼ਨਲ ਸਪੋਰਟਸ ਪਾਗਲ ਹੋ ਜਾਂਦੇ ਨੇ ਬੇਸਬਾਲ ਦੇ ਮਾਮਲੇ 'ਚ ਅਮੈਰੀਕਨ ਹੁਣ ਇਸ ਕਿਸਮ ਦਾ ਜਿਹੜਾ ਕਿ ਸ਼ਾਇਦ 21 ਜੂਨ ਨੂੰ ਉਹਨਾਂ ਦਾ ਮੈਚ ਸੀ ਜਿਹੜਾ ਕਿ ਉਹਨਾਂ ਦੇ ਵੱਡੀ ਥਾਂ 'ਤੇ ਹੁੰਦਾ ਲੇਕਿਨ ਉਹਦੀ ਪ੍ਰੈਕਟਿਸ ਕਰ ਰਹੇ ਸੀ ਅਲੈਗਜ਼ੈਂਡਰੀਆ ਵਰਜੀਨੀਆ ਦੇ ਵਿੱਚ ਕਿਉਂਕਿ ਰਿਪਬਲਿਕਨਸ ਔਰ ਡੈਮੋਕ੍ਰੈਟਸ ਨੇ ਖੇਡਣਾ ਰਿਪਬਲਿਕਨਸ ਦੀ ਟੀਮ ਔਰ ਇੱਕ ਜਿਹੜਾ ਹਾਲਾਂਕਿ ਜਦੋਂ ਪਹਿਲਾਂ ਖਬਰ ਦੇਖੀ ਮੈਨੂੰ ਪਹਿਲਾਂ ਖਦਸ਼ਾ ਇਹ ਹੁੰਦਾ ਮੈਂ ਕਿਹਾ ਵੀ ਇਹ ਕੋਈ ਹੋਰ ਨਸਲ ਦਾ ਨਾ ਹੋਏ ਹੋਰ ਧਰਮ ਦਾ ਨਾ ਹੋਏ ਕੋਈ ਮੁਸਲਮਾਨ ਨਾਂ ਵਾਲਾ ਨਾ ਹੋਏ ਇਕਦਮ ਹੇਟਡ ਉਹਨਾਂ ਦੇ ਖਿਲਾਫ਼ ਤਾਂ ਹੁੰਦੀ ਹੈ ਸਿੱਖ ਵੀ ਹੇਟ ਕ੍ਰਾਈਮ ਦਾ ਹਿੱਸਾ ਬਣਦੇ ਨੇ ਔਰ ਪਹਿਲੇ ਪ੍ਰੋਫਾਈਲ ਤੋਂ ਜਿਹੜੀ ਪਹਿਲੀ ਖਬਰ ਤੋਂ ਬਾਅਦ ਹੀ ਆਇਆ ਕਿ ਬਈ ਉਹ ਗੋਰਾ ਮਾਰਨ ਵਾਲਾ ਔਰ ਬਾਰਨੀ ਸੈਂਡਰਸ ਉਸ ਦਾ ਐਡਮਾਇਰਰ ਹੈ ਹਾਲਾਂਕਿ ਉਹ 2-3 ਇਸ ਕਿਸਮ ਦੇ ਗਰੁੱਪਸ ਦੇ ਉੱਤੇ ਜਿਹੜਾ ਕਿ ਹੇਟ ਰਿਪਬਲਿਕਨਸ ਹੇਟ ਟਰੰਪ ਔਰ ਟਰਮੀਨੇਟ ਰਿਪਬਲਿਕਨਸ ਇਸ ਕਿਸਮ ਦਾ ਵੀ ਰਿਹਾ ਔਰ ਉਹਨੇ ਡੈਲੀਬਰੇਟਲੀ ਜਿਹੜਾ ਇਸ ਕੰਮ ਨੂੰ ਕੀਤਾ ਔਰ ਇਸ ਅਟੈਕ ਦੇ ਵਿੱਚ ਜਿਹੜਾ ਉਹਨੇ ਜਿਹੜਾ ਸ਼ਾਇਦ 50 ਤੋਂ ਜ਼ਿਆਦਾ ਸ਼ਾਰਟਸ ਦੀ ਗੱਲ ਆ ਰਹੀ ਹੈ ਅਜੇ ਬਹੁਤਾ ਵੇਰਵਾ ਨਹੀਂ ਹੈ ਲੇਕਿਨ ਬੜਾ ਸੀਨੀਅਰ ਕਾਂਗਰਸਮੈਨ ਹੈ ਔਰ ਰਿਪਬਲਿਕਨ ਪਾਰਟੀ ਦਾ ਚੀਫ ਵਿਪ ਹੈ ਕਾਂਗਰਸਮੈਨ ਸਟੀਵ ਸਕੈਲਿਸ ਜੀ ਉਸ ਦੇ ਲੱਕ 'ਚ ਗੋਲੀ ਲੱਗੀ ਹੈ ਔਰ ਰੋਜਰਸ ਕਾਂਗਰਸਮੈਨ ਰੋਜਰਸ ਵਿਲੀਅਮਸ ਉਹ ਵੀ ਜ਼ਖਮੀ ਹੋਇਆ 2 ਹੋਰ ਜ਼ਖਮੀ ਨੇ ਸੋ ਇਹ ਜਿਹੜਾ ਵਾਕਿਆ ਇਹ ਇੱਕ ਕੰਡੈਮਨੇਬਲ ਵਾਕਿਆ ਇਹ ਨਹੀਂ ਹੈ ਵੀ ਅਮਰੀਕਾ ਦੀ ਪਬਲਿਕ ਹਾਲਾਂ ਉਸ ਗਨਮੈਨ ਨੂੰ ਵੀ ਪੁਲਿਸ ਨੇ ਸ਼ੂਟ ਡਾਊਨ ਕਰ ਦਿੱਤਾ ਔਰ ਇਹ ਜਿਹੜਾ ਪ੍ਰੈਜੀਡੈਂਟ ਟਰੰਪ ਨੇ ਤਾਰੀਫ ਕੀਤੀ ਹੈ 2 ਕੈਪੀਟਲ ਦੇ ਪੁਲਿਸ ਆਫੀਸਰਸ ਦੀ ਜਿਨ੍ਹਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਸ ਜਿਹੜਾ ਸ਼ੂਟਰ ਸੀ ਉਸ ਨੂੰ ਉਹਨਾਂ ਨੇ ਮਾਰਿਆ ਉਹ ਮਰ ਚੁੱਕਾ ਹੈ 50 ਸ਼ਾਟਸ ਰੈਂਗ ਆਊਟ ਡਿਊਰਿੰਗ ਦਾ ਐਕਸਚੇਂਜ ਆਫ ਫਾਇਰ ਔਰ ਸਿਕਿਉਰਿਟੀ ਡਿਟੇਲ ਬਾਕੀ ਅਜੇ ਉਹਦੀ ਇੰਤਜ਼ਾਰ ਹੈ ਜਿਹੜਾ ਉਹ ਜਿਹੜਾ ਕਾਤਲ ਹੈ ਉਹਨੇ ਜੀਨਸ ਪਾਈਆਂ ਹੋਈਆਂ ਸੀ ਬਲੂ ਸ਼ਰਟ ਸੀ ਸੋ ਇਹ ਦੂਸਰੀ ਡਿਟੇਲ ਹੈ ਔਰ June 15 ਨੂੰ ਨੈਸ਼ਨਲ ਪਾਰਕ ਦੇ ਵਿੱਚ ਇਹ ਜਿਹੜੀ ਹੈ ਗੇਮ ਹੋਣੀ ਸੀ ਸੋ ਬੇਸ਼ੱਕ ਅਮਰੀਕਾ ਦੀ ਪਬਲਿਕ ਲਾਈਫ ਦੇ ਵਿੱਚ ਇਹ ਨਹੀਂ ਹੈ ਵੀ ਵਾਇਲੈਂਸ ਹੁੰਦੀ ਨਹੀਂ ਅਮਰੀਕਾ ਦੇ ਪ੍ਰੈਜੀਡੈਂਟ ਔਰ ਲੇਟੈਸਟ ਅਸੀਂ ਦੇਖਦੇ ਹਾਂ ਕਿ 1960 ਦੇ ਵਿੱਚ ਪ੍ਰੈਜੀਡੈਂਟ ਜੌਨ ਕੈਨੇਡੀ ਉਹਨਾਂ ਦੀ ਪੋਲੀਟੀਕਲ ਅਸੈਸੀਨੇਸ਼ਨ ਹੋਈ ਸੀ ਡਾਲਸ ਟੈਕਸਸ ਦੇ ਵਿੱਚ ਔਰ ਉਸ ਤੋਂ ਬਾਅਦ ਪ੍ਰੈਜੀਡੈਂਟ ਰੀਗਨ ਦੇ ਵੇਲੇ ਵੀ ਔਰ ਸ਼ਾਇਦ ਉਸ ਤੋਂ ਬਾਅਦ ਦੂਸਰਿਆਂ ਵੇਲੇ ਵੀ ਕੋਈ ਨਾ ਕੋਈ ਅਟੈਂਪਟ ਹੁੰਦੇ ਰਹੇ ਹਾਲਾਂਕਿ ਕੋਈ ਹਿੱਟ ਨਹੀਂ ਹੋਇਆ
ਇੱਕ ਦੋ ਵਾਰੀ ਜਿਹੜਾ ਕਿਸੇ ਨੇ ਉਹ ਛੋਟਾ ਪਲੇਨ ਲਿਆ ਕੇ ਵੀ ਵਾਈਟ ਹਾਊਸ ਮਾਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਕਿਸਮ ਦਾ ਹੁੰਦਾ ਜਾਂ ਇੱਕ ਕਾਂਗਰਸ ਵੋਮੈਨ ਜਿਹੜੀ ਇੱਧਰਲੀ ਸਟੇਟ ਵੈਸਟਰਨ ਦੀ ਸੀ ਜਿਸ ਨੂੰ ਇਲੈਕਸ਼ਨ ਕੈਂਪੇਨ ਦੇ ਦੌਰਾਨ ਆ ਕੇ ਇੱਕ ਰੇਸਿਸਟ ਨੇ ਮਾਰਿਆ, ਯਹੂਦੀ ਸਨ ਉਹ ਬੀਬੀ ਜਿਹੜੀ ਕਾਂਗਰਸ ਵੋਮੈਨ। ਸੋ ਇਸ ਕਿਸਮ ਦੇ ਵਾਕਿਆਤ ਹੁੰਦੇ ਨੇ, ਪਰ ਜ਼ਾਹਰ ਹੈ ਕਿ ਇਹ ਜਿਹੜਾ ਵਾਕਿਆ ਹੈ ਇਹ ਸਿੱਧੇ ਤੌਰ 'ਤੇ, ਕਿਉਂਕਿ ਜਿਹੜਾ ਹੁਣ ਕਿਲਰ ਦੀ ਆਈਡੈਂਟੀ ਤੋਂ ਇਹ ਪਤਾ ਲੱਗਦਾ ਹੈ ਕਿ ਵੀ ਇਹ ਟਰੰਪ ਦੀਆਂ ਨੀਤੀਆਂ ਦੇ, ਔਰ ਇਹ ਜਿਹੜੀ ਜਦੋਂ ਇਹ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ ਇੰਨੀ ਕੁ ਹੇਟ ਫਿਲਡ ਸੀ ਕਿ ਉਸ ਹੇਟਡ ਦਾ ਬੇਸ਼ੱਕ ਉਸ ਤੋਂ ਬਾਅਦ ਜਦੋਂ ਜਿਹੜਾ ਪ੍ਰੈਜੀਡੈਂਟ ਬਣ ਜਾਂਦਾ ਹੈ ਉਸਦੀ ਜੁਆਇੰਟਸ ਸਭ ਨੂੰ ਸਾਂਝੇ ਰੱਖਣ ਦੀ ਕੋਸ਼ਿਸ਼ ਹੁੰਦੀ ਹੈ, ਔਰ ਉਸਦੀ ਜਿਹੜੀ ਹੈ ਕਨਸੈਸ਼ਨ ਵੀ ਹੁੰਦਾ ਹੈ, ਜੇ ਉਹ ਐਕਸਟ੍ਰੀਮ ਲੈਫਟ ਵਾਲਾ ਸੀ ਤਾਂ ਥੋੜ੍ਹਾ ਜਿਹਾ ਸੈਂਟਰ 'ਚ ਆਉਂਦਾ, ਜੇ ਐਕਸਟ੍ਰੀਮ ਰਾਈਟ ਵਾਲਾ ਸੀ ਤਾਂ ਵੀ ਸੈਂਟਰ 'ਚ ਆਉਂਦਾ। ਪਰ ਜਿੱਥੇ ਡੋਨਲਡ ਟਰੰਪ ਪੀਰੀਅਡ 'ਚ ਜਿਹੜੀ ਕੈਂਪੇਨ ਸੀ ਉਹ ਜ਼ੀਨੋਫੋਬਿਕ ਸੀ, ਇਸਲਾਮੋਫੋਬਿਕ ਸੀ, ਮੈਕਸੀਕਨਸ ਦੇ ਖਿਲਾਫ, ਦੂਜਿਆਂ ਦੇ ਖਿਲਾਫ, ਇੰਟਰਨੈਸ਼ਨਲ ਟ੍ਰੀਟੀਜ਼ ਦੇ ਖਿਲਾਫ, ਈਵਨ ਨੈਟੋ ਦੇ ਖਿਲਾਫ, ਈਵਨ ਜਪਾਨ ਔਰ ਸਾਊਦੀ ਅਰੇਬੀਆ ਵਰਗੇ ਜਿੱਥੇ ਇਹਨਾਂ ਦੇ ਬੇਸ ਨੇ, ਮਤਲਬ ਸਿੰਗਲ ਹੈਂਡਿਡਲੀ ਡੋਨਲਡ ਟਰੰਪ ਨੇ ਈਵਨ ਆਪਣੀ ਇਸ ਗੱਲ ਨੂੰ ਵੀ ਇਗਨੋਰ ਕਰਦੇ ਆ ਕਿ ਕਿਹੜੀਆਂ ਟ੍ਰੀਟੀਜ਼ ਰਿਪਬਲਿਕਨ ਦੌਰ ਦੇ ਵਿੱਚ ਹੋਈਆਂ, ਰੀਗਨ ਦੇ ਦੌਰ 'ਚ ਹੋਈਆਂ, ਸੀਨੀਅਰ ਬੁਸ਼ ਦੇ ਦੌਰ 'ਚ ਹੋਈਆਂ ਜਾਂ ਜੂਨੀਅਰ ਬੁਸ਼ ਦੇ ਦੌਰ 'ਚ ਹੋਈਆਂ। ਸੋ ਕੁੱਲ ਮਿਲਾ ਕੇ ਇੰਨੀ ਕੁ ਨਫ਼ਰਤ ਸੀ ਸਾਰੀ ਫਿਜ਼ਾ ਦੇ ਵਿੱਚ ਕਿ ਇਹ ਜਿਹੜੀ ਹੈ ਔਰ ਜਦੋਂ ਉਹਨੇ ਪ੍ਰੈਜੀਡੈਂਟ ਟਰੰਪ ਨੇ ਆਪਣੀ ਜਿਹੜੀ ਹੈ ਓਥ ਟੇਕਿੰਗ ਤੋਂ ਬਾਅਦ ਜਿਹੜੀ ਸਟੇਟਮੈਂਟ ਦਿੱਤੀ ਉਹਦੇ 'ਚ ਵੀ ਕੋਈ ਯਤਨ ਨਹੀਂ ਸੀ ਰੀਚ ਆਊਟ ਕਰਨ ਦਾ। ਔਰ ਜਿਹੜੇ ਐਕਸਪਰਟ ਫਿਰ ਐਨਾਲਾਈਜ਼ ਕਰ ਰਹੇ ਹੁੰਦੇ ਨੇ ਉਹ ਇਹ ਦੇਖ ਰਹੇ ਹੁੰਦੇ ਨੇ ਕਿ ਵੀ ਬੇਸ਼ੱਕ ਕੈਂਪੇਨ ਵੇਲੇ ਇੱਕ ਵੱਡਾ ਖੱਪਾ ਆ ਜਾਂਦਾ, ਪਰ ਜਦੋਂ ਤੁਸੀਂ ਪ੍ਰੈਜੀਡੈਂਟ ਬਣਦੇ ਹੋ ਫਿਰ ਤੁਸੀਂ ਖੱਪੇ ਨੂੰ ਪੂਰਨ ਦੀ ਕੋਸ਼ਿਸ਼ ਕਰਦੇ ਹੋ, ਲੇਕਿਨ ਐਸਾ ਕੋਈ ਯਤਨ ਨਹੀਂ ਹੋਇਆ। ਔਰ ਅਜੇ ਤੱਕ ਵੀ ਪ੍ਰੈਜੀਡੈਂਟ ਟਰੰਪ ਦੀਆਂ ਨੀਤੀਆਂ ਜਿਹੜੀਆਂ ਨੇ ਉਸੇ ਦਿਸ਼ਾ ਵਾਲੀ ਨਿਰਦੇਸ਼ਿਤ ਨੇ। ਔਰ ਇਹ ਦੁੱਖ ਦੀ ਗੱਲ ਹੈ ਕਿ ਔਰ ਅਮਰੀਕਾ ਦੇਖੋ, ਮੈਂ ਇਸਨੂੰ ਇਸ ਐਂਗਲ ਤੋਂ ਦੇਖਦਾ ਕਿ ਇਹ ਹੋਪ ਹੈ ਕਿ ਜਿੱਥੇ ਤੁਸੀਂ ਐਕਸਟ੍ਰੀਮ ਵਿਚਾਰ ਵੀ ਰੱਖ ਸਕਦੇ ਹੋ, ਫਸਟ ਅਮੈਂਡਮੈਂਟ ਅਮਰੀਕਾ ਦੀ ਤੁਹਾਨੂੰ ਹੱਕ ਦਿੰਦੀ ਹੈ ਜਿਹਦੇ 'ਚ ਤੁਸੀਂ ਕੁਛ ਵੀ ਕਹਿ ਸਕਦੇ ਹੋ, ਇੱਥੇ ਅਮਰੀਕਨ ਝੰਡਾ ਵੀ ਸਾੜਿਆ ਜਾ ਸਕਦਾ, ਉਹਨੂੰ ਫਰੀਜ਼ ਵੀ ਕੀਤਾ ਜਾ ਸਕਦਾ, ਕਿਸੇ ਧਰਮ ਦੇ ਖਿਲਾਫ਼ ਕੁਛ ਵੀ ਕਿਹਾ ਜਾ ਸਕਦਾ, ਇਹ ਸਾਡੇ ਉਹਨਾਂ ਉਸ ਖਿੱਤੇ ਵਾਂਗ ਨਹੀਂ ਨੇ ਜਾਂ ਅੰਗਰੇਜ਼ੀ ਰੂਲ ਜਿੱਥੇ ਸੀ ਬਲੈਸਫੈਮੀ ਲਾਅ ਸੀ ਕਿ ਤੁਸੀਂ ਧਰਮ ਦੇ ਖਿਲਾਫ਼ ਨੇ, ਇੱਥੇ ਰੱਬ ਨੂੰ ਮੰਨਣ ਵਾਲੇ ਵੀ ਨੇ, ਰੱਬ ਨੂੰ ਗਾਲਾਂ ਕੱਢਣ ਵਾਲੇ ਵੀ ਨੇ, ਇੱਥੇ ਜਿਹੜੇ ਨੇ ਬਰਾਬਰੀ ਦੇ ਲਈ ਰੇਸਿਜ਼ਮ ਦੇ ਖਿਲਾਫ਼ ਵੀ ਤੁਸੀਂ ਪ੍ਰੋਟੈਸਟ ਕਰਦੇ ਹੋ, ਪਰ ਅਮਰੀਕਾ 'ਚ ਜੇ ਕੂਕਲੈਕਸ ਕਲੈਨ ਵਰਗੇ ਜਿਹੜੇ ਰੇਸਿਜ਼ਮ 'ਚ ਯਕੀਨ ਰੱਖਦੇ ਨੇ ਉਹ ਪ੍ਰੋਟੈਸਟ ਕਰਦੇ ਨੇ, ਉਹਨਾਂ ਨੂੰ ਵੀ ਪੁਲਿਸ ਪ੍ਰੋਟੈਕਸ਼ਨ ਦਿੰਦੀ। ਇੱਥੇ ਕੋਈ ਹੈੱਡ ਆਫ਼ ਦਾ ਸਟੇਟ ਆ ਜਾਏ ਭਾਵੇਂ ਵਾਈਟ ਹਾਊਸ ਦੇ ਵਿੱਚ ਉਹ ਮਿਲ ਰਿਹਾ ਹੁੰਦਾ ਉਸ ਮੁਲਕ ਦੇ ਲੋਕਾਂ ਨੂੰ ਜਾਂ ਜਿਹੜੇ ਪ੍ਰੋਟੈਸਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਹ ਹੱਕ ਹੁੰਦਾ ਕਿ ਵੀ ਤੁਸੀਂ ਪ੍ਰੋਟੈਸਟ। ਹੁਣ 25-26 ਜੂਨ ਨੂੰ ਜਦੋਂ ਮੋਦੀ ਨੇ ਵਾਸ਼ਿੰਗਟਨ DC 'ਚ ਹੋਣਾ, ਉੱਥੇ ਆਲਰੇਡੀ ਭਾਵੇਂ ਤੁਸੀਂ ਜਿੰਨੀ ਮਰਜ਼ੀ ਤੁਹਾਡੀ ਛੋਟੀ ਗਿਣਤੀ ਹੈ ਜਾਂ ਦੂਜਾ ਕੁਛ ਉਹਨਾਂ ਦੀਆਂ ਸਪੈਸੀਫਿਕੇਸ਼ਨਸ ਹੁੰਦੀਆਂ ਨੇ, ਜੇ ਤੁਸੀਂ ਸਾਹਮਣੇ ਸਟੇਜ ਲਾਉਣੀ ਜਿਵੇਂ ਲਫੈਦ ਪਾਰਕ ਹੈ ਕਿੰਨੀ ਉੱਚੀ ਹੋਏ ਜਾਂ ਕੀ ਹੋਏ, ਕਿਉਂਕਿ ਉਹਨਾਂ ਨੂੰ ਫੀਅਰ ਹੁੰਦਾ ਵੀ ਉੱਥੋਂ ਕੋਈ ਸ਼ੂਟਿੰਗ ਨਾ ਹੋਏ, ਔਰ ਉਸ ਪੀਰੀਅਡ 'ਚ ਵੀ ਉਹਨਾਂ ਨੇ ਤੁਹਾਡਾ ਹੱਕ ਨਹੀਂ ਲੈਣਗੇ, ਉਹਨਾਂ ਦੇ ਸ਼ਾਰਪ ਸ਼ੂਟਰ ਵਾਈਟ ਹਾਊਸ ਦੀ ਬਿਲਡਿੰਗ 'ਤੇ ਚੜ੍ਹੇ ਹੁੰਦੇ ਨੇ ਚਾਰਜ ਫਿਰੇ ਸੀ ਜਿਹਨੇ ਪ੍ਰੋਟੈਸਟ ਕੀਤੇ ਨਰਸਿਮਹਾ ਰਾਓ ਦੇ ਜ਼ਮਾਨੇ ਤੋਂ 1991-92 'ਚ ਨਰਸਿਮਹਾ ਰਾਓ, ਫਿਰ ਵਾਜਪਾਈ, ਫਿਰ ਮਨਮੋਹਨ ਸਿੰਘ, ਫਿਰ ਮੋਦੀ, ਉਹਨਾਂ ਨੇ ਪੂਰਾ ਵਾਈਟ ਹਾਊਸ ਤੋਂ ਕੀਤਾ ਹੁੰਦਾ ਜਿਹੜਾ ਉਹਨਾਂ ਦੇ ਸ਼ਾਰਪ ਸ਼ੂਟਰ ਬੈਠੇ ਹੁੰਦੇ ਨੇ, ਪਰ ਉਹ ਤੁਹਾਡਾ ਰਾਈਟ ਨਹੀਂ ਖੋਹਦੇ। ਔਰ ਇਹ ਇਸ ਸਿਸਟਮ ਦੀ ਬਿਊਟੀ ਹੈ ਕਿ ਵੀ ਹਰ ਮਸਲਾ ਤੁਸੀਂ ਡਾਇਲੋਗ ਨਾਲ, ਡਿਸਕਸ਼ਨ ਨਾਲ ਰਿਜ਼ੋਲਵ ਕਰੋ।
ਸੋ ਵਾਇਲੈਂਸ ਲਾਸਟ ਰਿਜ਼ੋਰਟ ਵੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹਨਾਂ ਮੁਲਕਾਂ 'ਚ ਇਹ ਨਹੀਂ ਹੈ। ਅਸੀਂ ਜਦੋਂ ਆਪਣੇ ਖਿੱਤਿਆਂ ਦੀ ਗੱਲ ਕਰਦੇ ਹਾਂ ਉੱਥੇ ਇੱਕ ਸਟੇਜ ਆ ਜਾਂਦੀ ਹੈ ਵੀ ਅਪੀਲ, ਵਕੀਲ, ਦਲੀਲ ਕੋਈ ਕੰਮ ਨਹੀਂ ਕਰਦੇ। ਹੁਣ ਬੇਸ਼ੱਕ ਡੋਨਲਡ ਟਰੰਪ ਨੇ ਆਪਣੀ ਲਾਈਨ ਉਹੀ ਰੱਖੀ ਜਾਂ ਉਸ ਕਿਸਮ ਦੀ ਸੋਚ ਹੈ, ਪਰ ਜਿਵੇਂ ਅਮਰੀਕਾ ਦੀ ਸਿਵਲ ਸੁਸਾਇਟੀ ਉਹਦੇ ਖਿਲਾਫ ਖਲੋਤੀ, ਜਿਵੇਂ ਜਿਹੜੀ ਹੈ ਮੀਡੀਆ ਨੇ ਪੂਰੀ ਲਾਈਨ ਲਈ, ਜਿਵੇਂ ਜੁਡੀਸ਼ਰੀ ਨੇ ਜਿਹੜਾ ਉਹ ਸਾਰੇ ਜਿਹੜੇ ਆਰਡਰ ਉਹਨੂੰ ਲੱਗਦਾ ਸੀ ਵੀ ਅਮੈਰੀਕਨ ਸਿਸਟਮ ਜਾਂ ਅਮੈਰੀਕਨ ਕਦਰਾਂ ਕੀਮਤਾਂ ਦੇ ਮੁਤਾਬਕ ਨਹੀਂ ਜਾਂ ਅਮੈਰੀਕਨ ਲਾਅ ਦੇ ਮੁਤਾਬਕ ਨਹੀਂ, ਉਹਨਾਂ ਨੂੰ ਉਹਨਾਂ ਨੇ ਰੋਕਿਆ। ਸੋ ਇਸ ਸੁਸਾਇਟੀ 'ਚ ਜਿਸ ਕਿਸਮ ਦੀ ਜਿਹੜੀ ਇੱਕ ਡਿਬੇਟ ਡਿਸਕਸ਼ਨ ਨਾਲ ਤਬਦੀਲੀ ਦਾ ਜਿਹੜਾ ਉਹ ਬੇਸ ਹੈ, ਇੱਥੇ ਜੇ ਅਸੀਂ ਗੱਲ ਵਾਇਲੈਂਸ ਨਾਲ ਕਰਾਂਗੇ, ਗੋਲੀਆਂ ਨਾਲ ਡਿਸਾਈਡ ਹੋਏਗਾ ਕਿਹਨੂੰ ਅਸੀਂ ਪਸੰਦ ਕਰ, ਇਹ ਫਿਰ ਫੇਲੀਅਰ ਹੁੰਦੀ ਹੈ ਸਿਸਟਮ ਦੀ। ਸੋ ਅਸੀਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ, ਕੰਡੈਮ ਕਰਦੇ ਹਾਂ, ਔਰ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਦੋਨੋਂ ਹੀ ਕਾਂਗਰਸਮੈਨ ਜਿਹੜੇ ਨੇ ਉਹ ਜਲਦੀ ਰਿਕਵਰ ਹੋਣਗੇ, ਔਰ ਇਹ ਜਿਹੜਾ ਪਾਰਟ ਹੈ ਇਹ ਕੰਡੈਮਨੇਬਲ ਹੈ, ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਜੇ ਇੱਥੇ ਵੀ ਇਸ ਲੈਵਲ ਦੀ ਵਾਇਲੈਂਸ ਜਾਂ ਦੂਜੀ ਹੋਏਗੀ, ਜੋ ਕੁਛ ਉੱਥੇ ਹਿੰਦੂਤਵ ਵੀ ਕਰ ਰਹੇ ਨੇ ਜਾਂ ਰਵਾਂਡਾ ਦੇ ਵਿੱਚ ਹੋਇਆ ਜਾਂ ਸੈਂਟਰਲ ਏਸ਼ੀਆ 'ਚ ਹੋ ਰਿਹਾ, ਫਿਰ ਉਹਨਾਂ ਨੂੰ ਕੌਣ ਰੋਕੇਗਾ, ਉਹਨਾਂ ਨੂੰ ਕੌਣ ਡੱਕੇਗਾ? ਕਿਉਂਕਿ ਜੇ ਅਮਰੀਕਾ ਜਾਂ ਯੂਰਪ ਜਿਹੜੇ ਕਿ ਹੋਪ ਵੀ ਨੇ, ਜਿਨ੍ਹਾਂ ਦੇ ਕੋਲ ਪ੍ਰੈਸ਼ਰ ਕਰਨ ਦੀ ਤਾਕਤ ਵੀ ਹੁੰਦੀ ਹੈ, ਯੂਨਾਈਟਿਡ ਨੇਸ਼ਨਸ ਹੈ ਦੂਸਰੇ, ਸੋ ਅਸੀਂ ਇਸ ਰੁਝਾਨ ਦੀ ਜਿਹੜੀ ਹੈ ਕੰਡੈਮਨੇਸ਼ਨ ਕਰਦੇ ਔਰ ਉਹਨਾਂ ਦੀ ਸਪੀਡੀ ਰਿਕਵਰੀ ਦੀ ਅਰਦਾਸ ਕਰਦੇ ਹਾਂ ਜੀ। ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ, ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।